ਦੈਨਿਕ ਸਵੇਰਾ ਦੇਖ ਰਹੇ ਹੋ, ਮੈਂ ਤੁਹਾਡੇ ਨਾਲ ਅਭਿਸ਼ੇਕ ਭਾਰਦਵਾਜ। ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਦੇ ਆਮ ਆਦਮੀ ਪਾਰਟੀ ਦੇ ਕਾਰਿਕਰਤਾ ਦੇ ਵਿੱਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ। ਖੁਸ਼ੀ ਦਾ ਮਾਹੌਲ ਇਸ ਕਰਕੇ ਹੈ ਕਿਉਂਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਹੈ ਕਿ ਜ਼ਮਾਨਤ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਹੈ। ਸਾਡੇ ਨਾਲ ਇੱਥੇ ਇਸ ਵੇਲੇ ਮਾਰਕੀਟ ਕਮੇਟੀ ਚੇਅਰਮੈਨ ਪਠਾਨਕੋਟ ਤੋਂ ਵਿਕਾਸ ਸੈਣੀ ਜੀ ਮੌਜੂਦ ਨੇ, ਉਹਨਾਂ ਨਾਲ ਸਾਰੀ ਗੱਲਬਾਤ ਕਰ ਲਾਂਗੇ। ਸਰ, ਸਭ ਤੋਂ ਪਹਿਲਾਂ ਤਾਂ ਬਹੁਤ ਮੁਬਾਰਕ ਜਿਹੜੀ ਜ਼ਮਾਨਤ ਮਿਲੀ ਹੈ ਕੇਜਰੀਵਾਲ ਜੀ। ਤੁਹਾਨੂੰ ਵੀ ਬਹੁਤ ਬਹੁਤ ਅਤੇ ਪੂਰੇ ਭਾਰਤ ਵਰਸ਼ ਦੇ ਲੋਕਾਂ ਨੂੰ, ਆਮ ਆਦਮੀ ਪਾਰਟੀ ਦੇ ਕਾਰਿਕਰਤਾ ਨੂੰ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲ ਗਈ ਹੈ। ਸੱਚ ਦੀ ਜਿੱਤ ਹੋਈ ਹੈ। ਕਾਫੀ ਚਰਨਾਂ ਦੇ ਜਿਹੜੇ ਚੁਣਾਵ ਹੋ ਚੁੱਕੇ ਨੇ, ਹੁਣ ਉਹਨਾਂ ਨੂੰ ਜ਼ਮਾਨਤ ਮਿਲੀ ਹੈ, ਤੁਹਾਡੇ ਹਿਸਾਬ ਨਾਲ ਕੀ ਇਫੈਕਟ ਪੈਂਦਾ ਕਿਉਂਕਿ ਲੋਕ ਸਭਾ ਚੋਣਾਂ ਦਾ ਜਿਹੜਾ ਮਾਹੌਲ ਹੈ ਪੰਜਾਬ ਦੇ ਵਿੱਚ ਇਸ ਵੇਲੇ ਪੂਰਾ ਪੱਖਿਆ ਹੋਇਆ, ਇਸ ਹਿਸਾਬ ਨਾਲ ਤੁਹਾਡੇ ਹਿਸਾਬ ਨਾਲ ਕੀ ਇਫੈਕਟ ਪਏਗਾ? ਇਫੈਕਟ ਤਾਂ ਉਸੇ ਦਿਨ ਪੈ ਗਿਆ ਸੀਗਾ ਜਿਸ ਦਿਨ ਮੋਦੀ ਹੋਣਾਂ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਝੂਠੇ ਕੇਸ ਦੇ ਵਿੱਚ ਅੰਦਰ ਕੀਤਾ। ਇਫੈਕਟ ਤਾਂ ਉਸੇ ਦਿਨ ਇਹ ਡਿਕਲੇਅਰ ਹੋ ਗਿਆ ਸੀਗਾ ਕਿ ਇੰਡੀਆ ਗਠਬੰਧਨ ਦੀ ਪਰਸੈਂਟੇਜ ਇਸ ਵਾਰੀ ਸਰਕਾਰ ਬੰਦੀ ਨਜ਼ਰ ਆ ਰਹੀ ਹੈ, ਔਰ ਤਿੰਨ ਚਰਨਾਂ ਦਾ ਰੁਝਾਨ ਬਿਲਕੁਲ ਕਲੀਅਰ ਕਰ ਚੁੱਕੇ ਆ ਕਿ ਮੋਦੀ ਔਰ ਸ਼ਾਹ ਦੋ ਜੋੜੀ ਹੈ, ਇਹ ਹਾਰ ਰਹੀ ਹੈ ਔਰ ਇਸ ਵਾਰ ਇਹਨਾਂ ਦੇ ਹੱਥੋਂ ਸੱਤਾ ਫਿਸਲ ਦੀ ਕਲੀਅਰ ਨਜ਼ਰ ਆ ਰਹੀ ਹੈ। ਅੱਜ ਸੀ ਐਮ ਸਾਹਿਬ ਵੀ ਪਠਾਨਕੋਟ ਦੇ ਦੌਰੇ 'ਤੇ ਨੇ, ਸ਼ਹਿਰੀ ਕਲਸੀ ਜੀ ਦੇ ਹੱਕ ਦੇ ਵਿੱਚ ਜਿਹੜਾ ਕਿ ਰੋਡ ਸ਼ੋਅ ਕਰ ਰਹੇ ਨੇ ਚੁਣਾਵ ਪ੍ਰਚਾਰ ਨੂੰ ਲੈ ਕੇ, ਕਿਵੇਂ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ, ਕਿੰਨਾ ਕੁ ਇਕੱਠ ਜਿਹੜਾ ਕਿ ਇੱਥੇ ਕਰਕੇ ਉਹਨਾਂ ਦੇ ਲਈ ਸਵਾਗਤ ਕੀਤਾ ਜਾਏਗਾ? ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਬਸ ਥੋੜ੍ਹੀ ਦੇਰ 'ਚ ਇੱਥੇ ਪਹੁੰਚਣ ਵਾਲੇ ਆ, ਉਹਨਾਂ ਦਾ ਪੂਰੀ ਜ਼ੋਰ ਸ਼ੋਰ ਨਾਲ ਗਰਮ, ਮਤਲਬ ਲੋਕ ਸਾਡੇ ਕਾਰਿਆਕਰਤਾ ਜਿੰਨਾ ਕੁ ਜੋਸ਼ ਹੈਗਾ ਆਪਾਂ ਦੱਸ ਨਹੀਂ ਸਕਦੇ, ਠਾਠਾ ਮਾਰ ਰਿਹਾ। ਤੁਸੀਂ ਦੇਖਣਾ ਹੀ ਆ ਥੋੜ੍ਹੀ ਦੇਰ ਬਾਅਦ ਸਵਾਗਤ ਕਿੱਦਾਂ ਉਹਨਾਂ ਦਾ ਹੁੰਦਾ। ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਤਸਵੀਰਾਂ, ਆਮ ਆਦਮੀ ਪਾਰਟੀ ਦੇ ਜਿਹੜੇ ਕਾਰਿਆਕਰਤਾ ਇੱਥੇ ਮੌਜੂਦ ਨੇ, ਸਾਡੇ ਨਾਲ ਹਲਕਾ ਇੰਚਾਰਜ ਪਠਾਨਕੋਟ ਤੋਂ ਵਿਭੂਤੀ ਸ਼ਰਮਾ ਜੀ ਵੀ ਇੱਥੇ ਮੌਜੂਦ ਨੇ। ਸਰ, ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲੀ ਹੈ, ਕਿਵੇਂ ਖੁਸ਼ੀ ਦਾ ਮਾਹੌਲ ਹੈ ਤੁਹਾਡੇ ਵਿੱਚ, ਕਿਵੇਂ ਖੁਸ਼ੀ ਜ਼ਾਹਿਰ ਕਰ ਰਹੇ ਤੁਸੀਂ ਸਾਰੇ? ਅੱਜ ਤੁਸੀਂ ਇੱਥੇ ਚੌਂਕ 'ਚ ਦੇਖ ਰਹੇ ਹੋਣੇ ਕਿ ਸਾਡੇ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ, ਔਰ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਸਾਡਾ ਕੋਈ ਆਪਣਾ ਗੋਡਫਾਦਰ ਜਿਹੜਾ ਉਹ ਬਾਹਰ ਆ ਗਿਆ, ਔਰ ਉਹਨਾਂ ਦੇ ਆਉਣ ਦੇ ਨਾਲ ਸਾਡਾ ਆਪਣੇ ਆਪ ਇੱਕ ਹੌਸਲਾ ਜਿਹੜਾ ਆ ਸਾਨੂੰ ਮਿਲ ਗਿਆ, ਔਰ ਤੁਸੀਂ ਦੇਖਿਓ ਕਿ ਇਹਦਾ ਰਿਜ਼ਲਟ ਜਿਹੜਾ ਆ ਉਹ ਕਿੰਨਾ ਵਧੀਆ ਆਉਣਾ ਆ। 20 ਦਿਨ ਜਿਹੜੇ ਆਪਣਾ ਇਲੈਕਸ਼ਨ ਦੇ ਵਿੱਚ ਕੰਪੇਨ ਕਰਨਗੇ ਕੇਜਰੀਵਾਲ ਸਾਹਿਬ, ਔਰ ਇਸ ਵੇਲੇ ਵੈਸੇ ਹੀ ਜਿਹੜਾ ਮੋਦੀ ਆ ਉਹਦਾ ਤਾਂ ਉੱਦਾਂ ਹੀ ਹਾਲ ਮਾੜਾ ਹੋਇਆ ਦਾ ਉਹਨਾਂ ਦਾ, ਮੋਦੀ ਸਾਹਿਬ ਦਾ, ਔਰ ਇਹਨਾਂ ਦੇ ਆਉਣ ਦੇ ਕਾਰਨ ਜਿਹੜੀ ਜਿੰਨੀਆਂ ਵੀ ਸੀਟਾਂ ਨੇ ਸਾਡੀਆਂ, ਚਾਹੇ ਪੰਜਾਬ ਦੀਆਂ ਨੇ, ਚਾਹੇ ਦਿੱਲੀ ਦੀਆਂ, ਚਾਹੇ ਜਿੱਥੇ ਜਿੱਥੇ ਅਸੀਂ ਲੜ ਰਹੇ ਹਾਂ, ਜਿੱਥੇ ਇੰਡੀਆ ਗਠਬੰਧਨ ਲੜ ਰਿਹਾ, ਉਹ ਸਾਰੀਆਂ ਦੀ ਸਾਰੀਆਂ ਸੀਟਾਂ ਜਿਹੜੀਆਂ ਉਹ ਕੇਜਰੀਵਾਲ ਸਾਹਿਬ ਨੂੰ ਉਹਨਾਂ ਦੀ ਝੋਲੀ 'ਚ ਪੈਣਗੀਆਂ। ਵਿਰੋਧੀ ਦਲਾਂ ਵੱਲੋਂ ਕਾਫੀ ਤੰਜ ਕੱਸੇ ਜਾਂਦੇ ਸੀਗੇ ਸ਼ਰਾਬ ਘੁਟਾਲੇ ਦੀ ਪੋਲਿਸੀ ਨੂੰ ਲੈ ਕੇ, ਉਹਨਾਂ ਵੱਲੋਂ ਕਿਹਾ ਜਾਂਦਾ ਸੀਗਾ ਜਿਹੜੀ ਦਿੱਲੀ 'ਚ ਪੋਲਿਸੀ ਉਹੀ ਪੰਜਾਬ 'ਚ ਵੀ ਜਿਹੜੀ ਲਾਗੂ ਹੋਈ ਹੈਗੀ ਆ, ਉਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਕਿਉਂਕਿ ਹੁਣ ਤਾਂ ਜ਼ਮਾਨਤ ਵੀ ਹੋ ਗਈ, ਕਾਫੀ ਚਰਨਾਂ ਜਿਹੜੇ ਕਿ ਚੁਣਾਵ ਬਾਕੀ ਸਟੇਟਾਂ ਦੇ ਹੋ ਚੁੱਕੇ ਨੇ, ਹੁਣ 1 ਜੂਨ ਨੂੰ ਜਿਹੜਾ ਪਠਾਨਕੋਟ ਦੇ ਪੰਜਾਬ ਦੇ ਵਿੱਚ ਵੀ ਜਿਹੜੇ ਚੁਣਾਵ ਨੇ, ਤੁਸੀਂ ਕਿਵੇਂ ਦੇਖਦੇ ਹੋ 7ਵੇਂ ਚਰਨ ਦੇ ਚੁਣਾਵਾਂ ਨੂੰ, ਕੀ ਇਫੈਕਟ ਪਏਗਾ ਇੱਥੇ? ਦੇਖੋ, ਇਹ ਜਿਹੜੀ ਗੱਲ ਕਹਿ ਰਹੇ ਨਾ ਜੀ ਵੀ ਆਪਣਾ ਸ਼ਰਾਬ ਘੁਟਾਲੇ ਦੀ ਜਾਂ ਦੂਸਰੀ, ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਕੋਰਟ ਦਾ ਬਹੁਤ ਸਨਮਾਨ ਕਰਦੇ ਹਾਂ, ਸੁਪਰੀਮ ਕੋਰਟ ਦਾ, ਕਿਉਂਕਿ ਅੱਜ ਸਾਨੂੰ ਜਸਟਿਸ ਮਿਲਿਆ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਇਹਨਾਂ ਕੋਲੋਂ, ਕੇਜਰੀਵਾਲ ਸਾਹਿਬ ਕੋਲੋਂ ਕਿੰਨੀ ਜਿਹੜਾ ਹੈ ਉਹ ਆਪਣਾ ਉੱਥੋਂ ਕੀ ਪਕੜਿਆ ਕੀ ਹੈ, ਤੁਸੀਂ ਕਿਹੜਾ ਕਿੰਨਾ ਧਨ ਫੜੋਇਆ, ਕਿੰਨੀਆਂ ਤੁਹਾਡੇ ਕੋਲੋਂ ਉਹ ਚੀਜ਼ਾਂ ਫੜੀਆਂ ਗਈਆਂ, ਕੋਈ ਦਸਤਾਵੇਜ਼ ਫੜਿਆ ਗਿਆ, ਕੋਈ ਵੀ ਇੱਕ ਜੀਰੋ, ਇੱਕ ਮਤਲਬ ਇੱਕ ਪੈਸਾ ਵੀ ਜਿਸ ਇਨਸਾਨ ਦੇ ਘਰੋਂ ਨਹੀਂ ਨਿਕਲਿਆ, ਇੱਕ ਪੈਸੇ ਦੀ ਉਹਦੇ 'ਤੇ ਕੋਈ ਐਲੀਗੇਸ਼ਨ ਨਹੀਂ, ਸਿਰਫ ਉਸ ਬੰਦੇ ਦੇ ਕਹਿਣ ਦੇ ਜਿਹੜਾ ਜਿਸ ਬੰਦੇ ਨੂੰ ਆਪਣਾ ਇਹਨਾਂ ਨੇ ED ਨੇ ਸਰਕਾਰੀ ਗਵਾਹ ਬਣਾਇਆ, ਔਰ ਸਰਕਾਰੀ ਗਵਾਹ ਬਣਾ ਕੇ ਅਤੇ ਕੇਜਰੀਵਾਲ ਸਾਹਿਬ ਦਾ ਜਿਹੜਾ ਉਹ ਨਾਂ ਲਗਾ ਦਿੱਤਾ ਵੀ ਠੀਕ ਹੈ ਜੀ ਇਹ ਵਿੱਚ ਸੀਗੇ, ਉਹਨੂੰ ਜ਼ਮਾਨਤ ਦੇ ਦਿੱਤੀ, ਔਰ ਇਹ ਸਾਰੀ ਇੱਕ ਕੌਨਸਪਿਰੇਸੀ ਹੈ BJP ਦੀ। ਭਾਜਪਾ ਵਾਲੇ ਇਹ ਚਾਹੁੰਦੇ ਨੇ ਕਿ ਇੱਕ ਬੰਦਾ ਜਿਹੜਾ ਸ਼ੇਰਾਂ ਦੀ ਤਰ੍ਹਾਂ ਗਰਜਦਾ ਪੂਰੇ ਹਿੰਦੁਸਤਾਨ ਦੇ ਵਿੱਚ, ਉਹਨੂੰ ਚੁੱਕ ਕੇ ਮੈਂ ਅੰਦਰ ਬੰਦ ਕਰ ਦਈਏ, ਔਰ ਉਸ ਤੋਂ ਬਾਅਦ ਅਸੀਂ ਜਿਹੜਾ ਉਹ ਇਲੈਕਸ਼ਨ ਜਿਹੜਾ ਆ ਉਹ ਲੜੀਏ ਅਤੇ ਅਸੀਂ ਜਿੱਤੀਏ। ਅੱਜ ਹਾਲਾਤ ਜਿਹੜੇ BJP ਦੇ ਬਹੁਤ ਮਾੜੇ ਹੋ ਚੁੱਕੇ ਆ, ਔਰ ਇਸ ਵੇਲੇ
ਸੀ ਆਪਣੇ ਕੇਜਰੀਵਾਲ ਸਾਹਿਬ ਦੇ ਬਾਹਰ ਆਉਣ ਦੇ ਨਾਲ ਸਾਡਾ ਮੋਰਲੀ ਅਸੀਂ ਬੜੇ ਬੂਸਟ ਹੋਏ ਹਾਂ। ਔਰ ਜਿਹੜਾ ਜਿੱਦਾਂ ਪਹਿਲੇ ਅਸੀਂ ਪਹਿਲਾਂ ਵੀ ਅਸੀਂ ਬੜੇ ਡਟ ਕੇ ਆਪਣੀ ਪਾਰਟੀ ਲਈ ਖੜ੍ਹੇ ਸੀਗੇ ਔਰ ਕੰਮ ਵੀ ਕਰ ਰਹੇ ਸੀ, ਲੇਕਿਨ ਹੁਣ ਜਿਹੜਾ ਹੈ ਸਾਨੂੰ ਬਹੁਤ ਜ਼ਿਆਦਾ ਦੁੱਗਣਾ ਉਤਸ਼ਾਹ ਮਿਲਿਆ ਹੈ ਔਰ ਪੂਰੇ ਜ਼ੋਰ ਸ਼ੋਰ ਦੇ ਨਾਲ ਜਿਹੜਾ ਹੈ ਬੀਜੇਪੀ ਨੂੰ ਹਰਾਵਾਂਗੇ। ਤਾਂ ਇਸ ਦੇ ਨਾਲ ਸਾਡੇ ਨਾਲ ਯੁਵਾ ਨੇਤਾ ਅੱਜ ਸੌਰਭ ਬੈਲ ਜੀ ਵੀ ਮੌਜੂਦ ਨੇ, ਉਹਨਾਂ ਨਾਲ ਵੀ ਸਾਰੀ ਗੱਲਬਾਤ ਕਰ ਲਾਂਗੇ। ਸਰ, ਕੇਜਰੀਵਾਲ ਜੀ ਨੂੰ ਜਮਾਤ ਮਿਲ ਗਈ ਹੈ, ਅੱਜ ਸੀਐਮ ਸਾਹਿਬ ਦਾ ਜਿਹੜਾ ਰੋਡ ਸ਼ੋਅ ਵੀ ਪਠਾਨਕੋਟ ਵਿੱਚ ਹੈਗਾ ਸ਼ਹਿਰੀ ਕਲਸੀ ਜੀ ਦੇ ਹੱਕ ਦੇ ਵਿੱਚ, ਕਿਵੇਂ ਤੁਸੀਂ ਦੇਖਦੇ ਹੋ, ਕਿਵੇਂ ਦਾ ਹੁੰਗਾਰਾ ਮਿਲ ਰਿਹਾ ਕੰਪੇਨਿੰਗ ਦੇ ਦੌਰਾਨ, ਅਤੇ ਰੋਡ ਸ਼ੋਅ ਦੇ ਵਿੱਚ ਕਿੰਨਾ ਕੁ ਇਕੱਠ ਜਿਹੜਾ ਕਿ ਕਰਨ ਦੀ ਤੁਹਾਡੀ ਸੰਭਾਵਨਾ ਹੋਈ ਹੈ ਅਤੇ ਕੀ ਤਿਆਰੀਆਂ ਮੁਕੰਮਲ ਕਰ ਲਿੱਤੀਆਂ ਗਈਆਂ ਨੇ? ਪਹਿਲਾਂ ਮੈਂ ਆਮ ਆਦਮੀ ਪਾਰਟੀ ਦੇ ਹਰ ਇੱਕ ਵਰਕਰ ਨੂੰ, ਵਲੈਤਾਂ 'ਚ ਬੈਠੇ ਸਾਡੇ ਹਿੰਦੁਸਤਾਨ 'ਚ ਬੈਠੇ ਹਰ ਇੱਕ ਵਰਕਰ ਨੂੰ ਮੁਬਾਰਕਬਾਦ ਦੇਵਾਂਗਾ ਕਿ ਇੱਕ ਬਹੁਤ ਵੱਡੀ ਜਿੱਤ ਹੈ, ਸੱਚਾਈ ਦੀ ਜਿੱਤ ਹੈ। ਸਾਡਾ ਅੱਜ ਸ਼ੇਰ ਬੇਕਸੂਰ ਹੋ ਕੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਓਕੇ ਕੀਤਾ। ਇਹ ਇੱਕ ਲੀਡਰ ਦੀ ਇੱਕ ਉਹ ਦਿਖਾਉਂਦਾ ਹੈ ਕਿ ਕਿਸ ਹਿਸਾਬ ਨਾਲ ਅਸੀਂ ਅੱਜ ਹਿੰਦੁਸਤਾਨ ਦੇ ਵਿੱਚ ਜੋ ਤਾਨਾਸ਼ਾਹੀ ਰਵੱਈਆ ਮੋਦੀ ਸਰਕਾਰ ਅਪਣਾ ਰਹੀ ਹੈ, ਜਿਸ ਹਿਸਾਬ ਨਾਲ ਜਿਹੜਾ ਲੀਡਰ ਤੇ ਉਹਨਾਂ ਦੀ ਗੱਲਾਂ 'ਚ ਆ ਜਾਏ ਅਤੇ ਆਮ ਬੀਜੇਪੀ ਜੁਆਇਨ ਕਰ ਲਏ ਉਹ ਸਾਫ਼ ਹੋ ਜਾਂਦਾ, ਬਟ ਸਾਡੇ ਸ਼ੇਰ ਨੇ ਅਰਵਿੰਦ ਕੇਜਰੀਵਾਲ ਨੇ ਇੱਕ ਮਿੰਟ ਨਹੀਂ, ਇੱਕ ਵਾਰੀ ਨਹੀਂ ਉਹਨਾਂ ਦੇ ਅੱਗੇ ਸਾਡਾ ਕੋਈ ਵੀ ਲੀਡਰ ਉਹਨਾਂ ਅੱਗੇ ਨਹੀਂ ਚੁੱਕਿਆ ਅਤੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਆਮ ਆਦਮੀ ਪਾਰਟੀ ਦੇ ਇੱਕ ਇੱਕ ਲੀਡਰ ਨੂੰ ਉਹ ਅੰਦਰ ਕਰਨ। ਬਟ ਮੈਂ ਤੁਹਾਡੇ ਮੀਡੀਆ ਦੇ ਥਰੂ ਦੱਸਣਾ ਚਾਹਾਂਗਾ ਬੀਜੇਪੀ ਨੂੰ ਕਿ ਜੇ ਹੌਸਲਿਆਂ 'ਚ ਦਮ ਹੈ ਨਾ ਤਾਂ ਤੁਸੀਂ ਕੋਈ ਵੀ ਚੀਜ਼ ਜਿੱਤ ਸਕਦੇ ਹੋ, ਅਤੇ ਉਹੀ ਕਰਕੇ ਸਾਡੇ ਅਰਵਿੰਦ ਕੇਜਰੀਵਾਲ ਨੇ ਦਿਖਾਇਆ, ਕਿਉਂਕਿ ਰਾਜਨੀਤੀ ਨੂੰ ਬਦਲਣ ਵਾਲੇ, ਇਹਨਾਂ ਨੂੰ ਰਾਜਨੀਤੀ ਸਿਖਾਉਣ ਵਾਲੇ ਅਰਵਿੰਦ ਕੇਜਰੀਵਾਲ। ਅੱਜ ਸਕੂਲਾਂ ਦਾ ਸਤਰ ਦੇਖ ਲਓ ਤੁਸੀਂ ਦਿੱਲੀ 'ਚ ਜਾ ਕੇ, ਅੱਜ ਤੁਸੀਂ ਹੌਸਪੀਟਲ ਦੇਖ ਲਓ ਦਿੱਲੀ ਦੇ ਵਿੱਚ ਜਾ ਕੇ, ਅੱਜ ਤੁਸੀਂ ਮੁਹੱਲਾ ਕਲੀਨਿਕਸ ਦਾ ਇਗਜ਼ਾਮਪਲ ਦਿਓ। ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਇਗਜ਼ਾਮਪਲ ਸੈੱਟ ਕੀਤਾ ਜਾਂਦਾ ਦਿੱਲੀ ਅਤੇ ਪੰਜਾਬ ਦੇ ਸਤਰ ਦੇ ਉੱਤੇ, ਜਿਸ ਹਿਸਾਬ ਨਾਲ ਸਾਡੀ ਸਰਕਾਰ ਚੱਲ ਰਹੀ ਹੈ। ਪੰਜਾਬ ਦੇ ਵਿੱਚ 45,000 ਨੌਕਰੀਆਂ ਪਹਿਲੇ 2 ਸਾਲਾਂ ਦੇ ਵਿੱਚ, ਨਹੀਂ ਤਾਂ ਬਾਕੀ ਸਰਕਾਰਾਂ ਹਮੇਸ਼ਾ ਕੋਸ਼ਿਸ਼ ਕਰਦੀਆਂ ਕਿ ਅਸੀਂ ਐਂਡ ਦੇ ਜਦੋਂ ਸਰਕਾਰ ਬਣੀ ਹੁੰਦੀ ਉਸ ਟਾਈਮ ਜਾ ਕੇ ਨੌਕਰੀਆਂ ਦਿੰਦੇ ਆ, ਪਰ ਭਗਵੰਤ ਮਾਨ ਨੇ ਅਤੇ ਅਰਵਿੰਦ ਕੇਜਰੀਵਾਲ ਨੇ ਕਰਕੇ ਦਿਖਾਇਆ ਕਿ ਅਸੀਂ ਰਾਜਨੀਤੀ ਗੰਦੀ ਕਰਨ ਨਹੀਂ, ਅਸੀਂ ਰਾਜਨੀਤੀ ਅੱਛੀ ਕਰਨ ਆਏ ਹਾਂ। 13-0 ਦਾ ਜਿਹੜਾ ਵਾਅਦਾ ਪੰਜਾਬ ਦੇ ਮੁੱਖ ਮੰਤਰੀ ਕਰ ਰਹੇ ਨੇ, ਉਸ ਤੋਂ ਦੂਸਰੇ ਪਾਸੇ ਨਰਿੰਦਰ ਮੋਦੀ ਨੇ 400 ਪਾਰ ਦਾ ਵਾਅਦਾ ਕਰ ਰਹੇ ਨੇ ਪੂਰੇ ਕੀ ਨਾਮ ਹੈ ਇੰਡੀਆ ਦੇ ਵਿੱਚ, ਤੁਸੀਂ ਕਿੱਦਾਂ ਦੇਖਦੇ ਹੋ, ਕਿੱਥੇ ਜਿਹੜੇ ਇਫੈਕਟ ਹੈ ਇਹ ਵਾਲੇ ਸਾਬਿਤ ਹੋਣਗੇ ਕਿ ਨਹੀਂ ਹੋਣਗੇ? ਦੇਖੋ, ਅੱਜ ਜੋ ਸਾਨੂੰ ਜਿੱਤ ਮਿਲੀ ਹੈ, ਅੱਜ ਸਾਡੇ ਵਰਕਰਾਂ ਦੇ ਜੋ ਹੌਸਲੇ ਹੈ ਉਹ ਟ੍ਰਿਪਲ ਹੋ ਗਏ ਆ। ਅਤੇ ਮੈਂ ਤੁਹਾਨੂੰ ਕਹੂੰਗਾ, ਤੁਸੀਂ ਪਿਛਲੀ ਰੈਲੀਆਂ ਦੇਖ ਲਓ ਅਰਵਿੰਦ ਕੇਜਰੀਵਾਲ ਦੀ, ਭਗਵੰਤ ਮਾਨ ਦੀਆਂ, ਜੋ ਸਾਡੇ ਪੰਜਾਬ ਦੇ ਵਿੱਚ ਹੋ ਰਹੀ ਹੈ। 13-0 ਤਾਂ ਅਸੀਂ ਜਿੱਤ ਰਹੇ ਹਾਂ, ਅਤੇ ਮੈਂ ਬੀਜੇਪੀ ਨੂੰ ਇਹ ਵੀ ਕਹਿੰਦਾ 400+ ਦਾ ਜਿਹੜਾ ਖੁਆਬ ਹੈ ਇਹਨਾਂ ਦਾ, ਇਹ ਭੁਲੇਖੇ 'ਚ ਰਹਿ ਜਾਣ, ਇਹ 150+ ਵੀ ਨਹੀਂ ਜਾ ਰਹੇ। ਤੁਸੀਂ ਪਿਛਲੇ ਜਿਹੜੇ 1-2 ਜਿਹੜੇ ਜਿੱਥੇ ਇਲੈਕਸ਼ਨ ਹੋਏ ਆ ਉੱਥੇ ਰੁਝਾਨ ਦੇਖੋ, ਬੀਜੇਪੀ ਦੇ ਵਰਕਰ ਤਾਂ ਆਪੇ ਕਹਿ ਰਹੇ ਆ ਕਿ ਅਸੀਂ ਬਹੁਤ ਬਹੁਤ ਲੀਡ ਤੋਂ ਪਿੱਛੇ ਜਾ ਰਹੇ ਹਾਂ। ਸੋ ਇਹ ਦਰਸਾਉਂਦਾ ਕਿ ਤਾਨਾਸ਼ਾਹੀ ਰਵੱਈਆ ਜਿਹੜਾ ਹੈਗਾ ਉਹ ਹੁਣ ਨਹੀਂ ਚੱਲਣਾ, ਅਤੇ ਇੰਡੀਆ ਅਲਾਈਅੰਸ ਅਤੇ ਸਾਡਾ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਬਹੁਤ ਵੱਡੀ ਜੀਤ ਤੋਂ ਅਸੀਂ ਸੈਂਟਰ 'ਚ ਜਾ ਰਹੇ ਹਾਂ, ਅਤੇ ਸੈਂਟਰ ਦੇ ਵਿੱਚ ਜੋ ਅਸੀਂ ਵਾਅਦੇ ਕੀਤੇ ਆ ਉਹ ਵੀ ਪੂਰੇ ਕਰਾਂਗੇ, ਅਤੇ ਇੱਕ ਅੱਛੀ ਅਤੇ ਸਾਫ਼ ਸੁਥਰੀ ਰਾਜਨੀਤੀ ਕਰਕੇ ਦਿਖਾਵਾਂਗੇ। ਸਾਨੂੰ ਕਰਨੀ ਆਉਂਦੀ ਹੈ ਅਤੇ ਵਾਅਦੇ ਵੀ ਕਰਨੇ ਪੂਰੇ ਆਉਂਦੇ ਆ, ਅਸੀਂ ਜ਼ਮੀਨੀ ਸਤਰ 'ਤੇ ਵਾਅਦੇ ਪੂਰੇ ਕਰਦੇ ਹਾਂ, ਨਾ ਕਿ ਕਾਗਜ਼ਾਂ 'ਤੇ। ਜੈ ਹਿੰਦ। ਪੰਜਾਬ ਵੀ ਆ ਰਹੇ ਨੇ, ਪਠਾਨਕੋਟ ਅੱਜ ਦੌਰਾ ਉਹਨਾਂ ਦਾ, ਅਤੇ ਕਿਵੇਂ ਦੀ ਤਿਆਰੀਆਂ ਤੁਹਾਡੇ ਕੋਲ, ਪਹਿਲੇ ਮੈਂ ਪੁੱਛਿਆ ਕਿਵੇਂ ਦੀ ਤਿਆਰੀਆਂ ਮੁਕੰਮਲ ਕਰ ਲਿੱਤੀਆਂ ਗਈਆਂ ਨੇ, ਕਿਉਂਕਿ ਕੰਪੇਨਿੰਗ 'ਚ ਤੁਸੀਂ ਨਾਲ ਨਾਲ ਚੱਲ ਰਹੇ ਹੋ, ਤੁਸੀਂ ਹੋਏ ਬਾਕੀ ਹੋਰ ਲੀਡਰ ਜਿੰਨੇ ਵੀ ਅਗਰ ਨਾਲ ਚੱਲ ਰਹੇ ਹੋ, ਤੁਸੀਂ ਕਿਵੇਂ ਦਾ ਲੋਕਾਂ ਦਾ ਹੁੰਗਾਰਾ ਤੁਹਾਨੂੰ ਦੇਖਣ ਨੂੰ ਮਿਲਦਾ? ਤੁਸੀਂ ਜਾ ਕੇ ਦੇਖਿਓ, ਅੱਜ ਜੋ ਅਸੀਂ ਤਿਆਰੀ ਕੀਤੀ ਹੈ ਇੱਕ ਉਸ ਤਰ੍ਹਾਂ ਦੀ ਤਿਆਰੀ ਹੈ ਜੋ ਬਹੁਤ ਹੀ ਵੱਡੇ ਸਾਡੇ ਨੈਸ਼ਨਲ, ਅਸੀਂ ਇਹ ਦੇਖਿਆ ਕਿ ਸਾਡੇ ਅਰਵਿੰਦ ਕੇਜਰੀਵਾਲ ਆ ਰਹੇ ਆ ਸਾਡੇ ਵਿੱਚ, ਅਤੇ ਉਸ ਹਿਸਾਬ ਦੀ ਤਿਆਰੀ ਹੈ। ਮੈਂ ਕਹਿੰਦਾ ਸਾਡੇ ਪਠਾਨਕੋਟ ਦਾ ਵਰਕਰ ਬਹੁਤ ਹੀ ਖੁਸ਼ ਹੈ ਕਿ ਸਾਡੇ ਸੀਐਮ ਸਾਹਿਬ ਅੱਜ ਪਠਾਨਕੋਟ ਆਉਣਗੇ,
ਅਤੇ ਅਸੀਂ ਹੁੰਮ ਮਾ ਕੇ ਉਹਨਾਂ ਦਾ ਸਵਾਗਤ ਕਰਨ ਦੀ ਪੂਰੀ ਤਿਆਰੀ ਹੈ ਸਾਡੀ, ਅਤੇ ਸਾਡੇ ਵੱਲੋਂ ਪੂਰੀ ਤਿਆਰੀ ਮੁਕੰਮਲ ਹੈ। ਸਾਡੇ ਹਰ ਇੱਕ ਲੀਡਰ, ਹਰ ਇੱਕ ਵਾਲੰਟੀਅਰ, ਹਲਕਾ ਇੰਚਾਰਜ, ਚੇਅਰਮੈਨ ਸਾਹਿਬ, ਵਿਕਾਸ ਸੈਣੀ ਜੀ, ਹਰ ਇੱਕ ਮਤਲਬ ਮੰਤਰੀ ਸਾਹਿਬ ਦੀ ਪੂਰੀ ਦਿਸ਼ਾ ਨਿਰਦੇਸ਼ ਦੇ ਨਾਲ ਅਸੀਂ ਇਸ ਅੱਜ ਜੋ ਮੁਹਿੰਮ ਸਾਨੂੰ ਮਿਲੀ ਹੈ ਉਹਨੂੰ ਪੂਰਾ ਕਾਮਯਾਬ ਕਰਾਂਗੇ। ਠੀਕ ਹੈ, ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਰਜਕਰਤਾ ਨੇ, ਚਾਹੇ ਹਲਕਾ ਇੰਚਾਰਜ ਨੇ, ਚਾਹੇ ਚੇਅਰਮੈਨ ਨੇ, ਚਾਹੇ ਯੁਵਾ ਨੇਤਾ ਨੇ। ਅਤੇ ਉਹਨਾਂ ਵੱਲੋਂ ਜਿਹੜਾ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ 'ਤੇ ਜਿਹੜੀ ਇੱਕ ਪਾਸੇ ਖੁਸ਼ੀ ਮਨਾਈ ਜਾ ਰਹੀ ਹੈ, ਉੱਥੇ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਔਰ ਭਗਵੰਤ ਮਾਨ ਜੀ ਜਿਹੜੇ ਨੇ ਪਠਾਨਕੋਟ ਦੇ ਵਿੱਚ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਦੇ ਵਿੱਚ ਜਿਹੜਾ ਚੁਣਾਵ ਪ੍ਰਚਾਰ ਕਰਨ ਆ ਰਹੇ ਨੇ। ਤੁਹਾਨੂੰ ਇੱਕ ਇੱਕ ਝਲਕੀਆਂ ਜਿਹੜੀਆਂ ਆਪਾਂ ਦਿਖਾਉਂਦੇ ਰਹਾਂਗੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ, ਜਿਹੜਾ ਅੱਜ ਉਹਨਾਂ ਵੱਲੋਂ ਸਵਾਗਤ ਕੀਤਾ ਜਾਏਗਾ ਮੁੱਖ ਮੰਤਰੀ ਪੰਜਾਬ ਦਾ। ਇਸੇ ਦੇ ਨਾਲ ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ, ਮੈਨੂੰ ਦਿਵੋ ਇਜਾਜ਼ਤ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।